ਪਰ ਨਾਲ ਦੀ ਨਾਲ ਇਹ ਵੀ ਦੱਸਦੇ ਹਾਂ ਕਿ ਅੱਜ ਜਿਹੜੇ ਨੌਜਵਾਨ ਆਏ ਆ ਉਹ ਬੜੇ ਉਤਸ਼ਾਹ ਦੇ ਨਾਲ ਆਏ ਆ ਔਰ ਤੁਸੀਂ ਦੇਖਿਆ ਹੋਵੇਗਾ ਮੋਟਰਸਾਈਕਲਾਂ ਦੇ ਉੱਤੇ ਹਰ ਪਿੰਡ ਦੇ ਵਿੱਚੋਂ ਇਕੱਠੇ ਹੋ ਕੇ ਆਏ ਆ ਔਰ ਸ਼ਹਿਰ ਦੇ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਅੱਜ ਨੌਜਵਾਨ ਆਇਆ ਹੈਗਾ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਅਸੀਂ ਸਾਰੇ ਨੌਜਵਾਨ ਵੀ ਸਾਡੀਆਂ ਭੈਣਾਂ ਵੀ ਭਰਾ ਵੀ ਬਜ਼ੁਰਗ ਵੀ ਸਾਰੇ ਵੱਧ ਚੜ੍ਹ ਕੇ ਜਿਹੜਾ ਹੈਗਾ ਇਹ ਜਿਹੜੀ ਸਾਡੀ ਇਲੈਕਸ਼ਨ ਹੈਗੀ ਇਹ 'ਚ ਹਿੱਸਾ ਲੈਣਗੇ ਔਰ ਵੱਡੀ ਗਿਣਤੀ ਦੇ ਵਿੱਚ ਵੱਡੀ ਲੀਡ ਜਿਹੜੀ ਹੈਗੀ ਆ ਸਰ ਮਹੇਸ਼ਵਿੰਦਰ ਸਿੰਘ ਗਰੇਵਾਲ ਸਾਹਿਬ ਨੂੰ ਅਸੀਂ ਇੱਥੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਹੈ ਉਹਨੂੰ ਇੱਥੇ ਜਿਤਾ ਕੇ ਅਸੀਂ ਭੇਜਾਂਗੇ ਖਾਲ ਦੇ ਵਿੱਚ 60% ਵੋਟਰ ਨੌਜਵਾਨ ਨੇ ਸੋ ਪੰਜਾਬ ਦੇ ਨੌਜਵਾਨਾਂ ਨੇ ਇਹ ਫੈਸਲਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਵਿਕਰਮ ਸਿੰਘ ਮਜੀਠੀਆ ਜੋ ਇੰਚਾਰਜ ਨੇ ਸਾਡੇ ਯੂਥ ਅਕਾਲੀ ਦਲ ਦੇ ਉਹਨਾਂ ਦੀ ਰਹਿਣ ਬਹਿਣ ਦੇ ਉਹਨਾਂ ਦੀ ਸਰਪ੍ਰਸਤੀ ਹੇਠਾਂ ਝੰਡੇ ਹੇਠਾਂ ਅੱਜ ਸਾਰੇ ਪੰਜਾਬ ਦੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਯੂਥ ਅਕਾਲੀ ਦਲ ਜੁੜ ਰਹੇ ਨੇ ਕਿਉਂਕਿ ਜੋ ਕਾਂਗਰਸ ਦੀਆਂ ਝੂਠ ਬੋਲ ਕੇ ਖਾਸ ਕਰਕੇ ਨੌਜਵਾਨਾਂ ਨੂੰ ਘਰ ਘਰ ਨੌਕਰੀ ਮੋਬਾਈਲ ਫੋਨ ਬੇਰੁਜ਼ਗਾਰ ਪੱਤਾ ਕਰਜ਼ਾ ਮਾਫ਼ੀ ਜੋ ਅਜਿਹੀ ਗੱਲਾਂ ਝੂਠੇ ਲਾਰੇ ਲਾ ਕੇ ਸਰਕਾਰ ਤਾਂ ਬਣਾ ਲਈ ਪਰ ਨੌਜਵਾਨ ਸਮਝ ਚੁੱਕੇ ਨੇ ਕਿ ਸਾਡੇ ਨਾਲ ਬਹੁਤ ਵੱਡੀ ਠੱਗੀ ਵੱਜੀ ਹੈ ਧੋਖਾ ਹੋਇਆ ਸੋ ਇਹ ਪਾਰਲੀਮੈਂਟ ਦੀ ਚੋਣਾਂ ਦੇ ਵਿੱਚ ਨੌਜਵਾਨਾਂ ਨੇ ਕਾਂਗਰਸ ਨੂੰ ਚੱਲਦਾ ਕਰਨਾ ਅਤੇ ਸਬਕ ਸਿਖਾਉਣਾ ਅਤੇ ਅੱਜ ਨੌਜਵਾਨ ਮਨ ਬਣਾਈ ਬੈਠੇ ਨੇ ਕਿ 13 ਦੀ 13 ਸੀਟਾਂ ਜਿੱਤ ਕੇ ਸਰ ਸੁਖਬੀਰ ਸਿੰਘ ਬਾਦਲ ਦੇ ਸਰ ਵਿਕਰਮ ਸਿੰਘ ਮਜੀਠੀਆ ਝੋਲੀ ਪਾਵਾਂਗੇ ਅਤੇ ਤੁਸੀਂ ਦੇਖੋਗੇ ਕਿ ਜਿਹੜੀ ਇਹ ਵੋਟ ਪੈਣੀ ਆ ਪਾਰਲੀਮੈਂਟ ਦੀ ਇਹ ਇਸ ਵੋਟ ਨੇ ਸਰ ਮਹੇਸ਼ਵਿੰਦਰ ਗਰੇਵਾਲ ਜੀ ਨੂੰ ਜਿੱਥੇ ਉਹਨਾਂ ਨੇ MP ਬਣਾਉਣਾ ਉੱਥੇ ਨਰਿੰਦਰ ਮੋਦੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਅਤੇ ਜੋ 2022 ਦੇ ਵਿੱਚ ਜੋ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਅਕਾਲੀ ਦਲ ਦੀ ਸਰਕਾਰ ਜੋ ਬਣਨੀ ਆ ਉਹਦਾ ਮੁੱਢ ਇਸ ਵੋਟ ਨੇ ਬਣਨਾ ਸੋ ਮੈਂ ਸਾਰੇ ਨੌਜਵਾਨਾਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਇੱਕ ਲਹਿਰ ਤੁਰ ਪਈ ਆ ਤੁਸੀਂ ਦੇਖੋ ਵੱਡੇ ਵੱਡੇ ਕਾਂਗਰਸੀ ਆਗੂ ਵੱਡੇ ਵੱਡੇ ਆਪ ਦੇ ਆਗੂ ਅੱਜ ਸਰਾ ਸੁਖਬੀਰ ਸਿੰਘ ਬਾਦਲ ਬਿਕਰਮ ਸਿੰਘ ਮਜੀਠੀ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਸ਼ਾਮਿਲ ਹੋ ਰਹੇ ਨੇ ਕਿਉਂ ਹੋ ਰਹੇ ਨੇ ਕਿਉਂਕਿ ਲੋਕਾਂ ਨੂੰ ਪਤਾ ਕਿਸਾਨਾਂ ਦਾ ਜੇ ਕਿਸੇ ਨੇ ਬਾਂਹ ਫੜੀ ਨੌਜਵਾਨਾਂ ਦੀ ਬਾਂਹ ਫੜੀ ਆ ਵਪਾਰੀਆਂ ਦੀ ਬਾਂਹ ਫੜੀ ਆ ਗਰੀਬ ਵਰਗ ਦੀ ਬਾਂਹ ਫੜੀ ਆ ਕੇਵਲ ਅਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਨੇ ਫੜੀ ਆ ਉਹਨਾਂ ਪ੍ਰਧਾਨ ਸਾਹਿਬ ਨੇ ਫੜੀ ਆ।